ਬਾਬਾ ਜੀ ਕੀ ਤੁਹਾਡਾ ਨਾਂ ਔਰ ਕਿਹੜਾ ਪਿੰਡ ਹੈ? ਮੇਰਾ ਨਾਂ ਕਰਤਾਰ ਸਿੰਘ ਜੀ, ਪਿੰਡ ਨਾਰ। ਜਿਹੜਾ ਕੱਲ ਸੜਕ ਦੁਰਘਟਨਾ ਵਿੱਚ ਕੁਝ ਵਿਅਕਤੀਆਂ ਦੀ ਮੌਤ ਹੋਈ ਆ, ਤੁਹਾਡੇ ਕੀ ਲੱਗਦੇ ਸੀਗੇ? ਜੀ ਮੇਰੀ ਕੋਈ ਭਰਜਾਈ ਸੀ, ਮੇਰੇ ਭਤੀਜੇ ਸੀ, ਤੇ ਇਸ ਤਰ੍ਹਾਂ ਕਰਕੇ ਪਰਿਵਾਰ ਸਾਰਾ ਹੀ ਸਾਡਾ ਜੀ। ਆਪਣੀ ਕੁੱਲ ਕਿੰਨੇ ਵਿਅਕਤੀਆਂ ਦੀ ਮੌਤ ਹੋਈ ਹੈ? ਵਿਅਕਤੀਆਂ ਦੀ ਹੋਈ ਹੈ ਜੀ ਤਿੰਨਾਂ ਵਿਅਕਤੀਆਂ ਦੀ, ਤਿੰਨ ਵਿਅਕਤੀ ਤੁਹਾਡੇ ਪਰਿਵਾਰ ਚੋਂ ਸੀਗੇ? ਹਾਂਜੀ। ਤੇ ਜਿਹੜੇ ਫੱਟਰ ਹੋਏ ਆ ਉਹ ਵੀ ਤੁਹਾਡੇ ਪਰਿਵਾਰ ਚੋਂ ਸੀ? ਸਾਡੇ ਪਰਿਵਾਰ। ਉਹਨਾਂ ਦੀ ਕੀ ਕੰਡੀਸ਼ਨ ਆ? ਉਹਨਾਂ ਦੀ ਕੰਡੀਸ਼ਨ ਜੀ ਬਹੁਤ ਅਜੇ ਮਾੜੀ ਹਾਲਤ ਹੈ, ਤੇ ਜਿਹੜੀ ਸਾਡੀ ਅੰਮ੍ਰਿਤਸਰ ਬੱਚੀ ਆ ਉਹਦਾ ਵੀ ਬਹੁਤ ਮਤਲਬ ਕਿ ਮੰਦਾ ਹੀ ਅਜੇ ਆ, ਕੋਈ ਆਸ ਨਹੀਂ ਜੀ। ਅਤੇ ਉਹਦੀ ਤਾਂ ਬੜੀ ਪੜ੍ਹਾਈ ਲਿਖਾਈ ਕੀਤੀ ਸੀ ਅਸੀਂ, ਪੜ੍ਹਾਈ ਬਹੁਤ ਘਰ ਉੱਤੇ ਲਾਇਆ ਸੀ, ਪਰ ਉਹਦਾ ਕੋਈ ਉਹਨੂੰ ਸਾਡਾ ਕੋਈ ਇਲਾਜ ਵੀ ਕੋਈ ਬਹੁਤ ਮਿਹਰਬਾਨੀ। ਜਿਹੜੇ ਫੱਟੜ ਵਿਅਕਤੀ ਆ, ਸਰਕਾਰ ਵੱਲੋਂ ਕੋਈ ਮਾਦੀ ਸਹਾਇਤਾ ਕਰਨ ਦੀ ਕੋਈ ਐਲਾਨ ਕੀਤਾ ਗਿਆ? ਅਜੇ ਨਹੀਂ ਕੋਈ ਗੱਲ ਨਹੀਂ। ਮੰਗ ਕਰਦੇ ਹਾਂ, ਮੰਗ ਕਰਦੇ ਜੀ ਅਸੀਂ ਇਹੋ ਕਿ ਸਾਡੇ ਬੱਚਿਆਂ ਦਾ ਇਲਾਜ ਹੋ ਜਾਵੇ, ਸਾਡੇ ਬੱਚਿਆਂ ਦਾ ਮਤਲਬ ਦਵਾ ਦਾਰੂ ਇਲਾਜ ਹੋ ਜਾਵੇ। ਜਿਹੜੇ ਹਸਪਤਾਲ ਜਿਹੜੇ ਇਲਾਜ ਆ ਉਹਨਾਂ ਦਾ ਤੁਸੀਂ ਪਰਿਵਾਰ ਮੰਗ ਕਰਦਾ ਵੀ ਉਹਨਾਂ ਦਾ ਸਰਕਾਰ ਇਲਾਜ ਦੀ ਜ਼ਿੰਮੇਵਾਰੀ ਚੱਕੇ? ਹਾਂਜੀ। ਜੀ ਸਰ ਕੀ ਨਾਮ ਤੁਹਾਡਾ ਔਰ ਕਿਹੜਾ ਪਿੰਡ ਹੈ? ਮੇਰਾ ਮੈਂ ਬਲਵੰਤ ਸਿੰਘ ਨੰਬਰਦਾਰ ਨਾਰਲੀ ਤੋਂ। ਜਿਹੜੇ ਕੱਲ੍ਹ ਸੜਕ ਦੁਰਘਟਨਾ ਵਿੱਚ ਕੁਛ ਵਿਅਕਤੀਆਂ ਦੀ ਮੌਤ ਹੋਈ ਆ, ਤੁਹਾਡੇ ਕੀ ਲੱਗਦੇ ਸੀਗੇ? ਸਾਡੇ ਪਿੰਡ ਦੇ ਸਾਡੇ ਭਰਜਾਈ ਹੋਈ। ਕਿੰਨੇ ਵਿਅਕਤੀਆਂ ਦੀ ਕੁੱਲ ਮੌਤ ਹੋਈ ਹੈ? ਤਿੰਨਾਂ ਦੀ ਮੌਤ ਹੋਈ ਜੀ, ਤਿੰਨਾਂ ਬੀਬੀਆਂ ਦੀ। ਕਿੱਥੋਂ ਆ ਰਹੇ ਸੀਗੇ? ਇਹ ਯਾਤਰਾ ਤੋਂ ਆਉਂਦੇ ਜੀ। ਹਾਦਸਾ ਕਿਵੇਂ ਵਾਪਰਿਆ? ਹਾਦਸਾ ਇੱਥੇ ਕੋਈ ਮਾਲਕ ਨੂੰ ਪਤਾ ਜੀ ਬੱਸ ਕਿਤਨਾ ਵਾਪਰਿਆ, ਗੱਡੀ ਉਧਰੋਂ ਆਉਂਦੀ ਇਧਰੋਂ ਜਾਣ ਡੀ, ਗੱਡੀ ਨੇ ਗੱਡੀ ਵਿੱਚ ਵੱਜ ਗਈ। ਮਤਲਬ ਕੁੱਲ ਚਾਰ ਵਿਅਕਤੀ ਦੀ ਮੌਤ? ਤਿੰਨਾਂ ਜੀ। ਹਾਂਜੀ, ਕਿਉਂ ਤੁਹਾਡੇ ਪਿੰਡ ਦੇ? ਹਾਂਜੀ, ਤਿੰਨ ਸਾਡੇ ਪਿੰਡ ਦੇ ਆ। ਹਾਂਜੀ, ਇੱਕ ਉਹ ਗੱਡੀ ਵਾਲਾ ਨਾਂ ਸੀ ਕਿ ਉਹਨਾਂ ਦਾ ਦੱਸ ਸਕਦੇ? ਹਾਂਜੀ ਹਾਂਜੀ, ਇੱਕ ਨਾ ਚਰਨ ਕੌਰ, ਇੱਕ ਨਾ ਮਰੀਤ ਕੌਰ, ਇੱਕ ਨਾ ਮਨਜੀਤ ਕੌਰ। ਤੇ ਹੁਣ ਪੋਸਟਮਾਰਟਮ ਹੋ ਗਿਆ ਜੀ? ਹਾਂਜੀ, ਪੋਸਟਮਾਰਟਮ ਹੋ ਗਿਆ ਜੀ। ਮ੍ਰਿਤਕ ਦੇਹਾਂ ਜਦ ਤੁਹਾਨੂੰ ਪ੍ਰਸ਼ਾਸਨ ਵੱਲੋਂ ਸੌਂਪ ਦਿੱਤੀਆਂ ਗਈਆਂ? ਹਾਂਜੀ ਹਾਂਜੀ, ਸੌਂਪ ਦਿੱਤੀਆਂ ਗਈਆਂ। ਕੀ ਮੰਗ ਕਰਦੇ ਆ? ਅਸੀਂ ਮੰਗ ਕਰਦੇ ਜੀ ਇਹਨਾਂ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਜੀ। ਪਰਿਵਾਰ 'ਚ ਇਹਨਾਂ ਦੇ ਕੌਣ ਕੌਣ ਹੈ? ਜਿਹੜੇ ਛੋਟੇ ਬੱਚੇ ਜੀ ਇਹਨਾਂ ਦੇ ਮਗਰ ਹੈ ਜੀ, ਛੋਟੇ ਬੱਚੇ। ਹਾਂਜੀ, ਸਾਰੇ ਫੱਟਰ ਹੋ ਗਏ? ਸਾਰੇ ਫੱਟਰ ਹੋ ਗਏ ਜੀ, ਜਿੰਨੇ ਹੈਗੇ 32 ਜਣੇ ਫੱਟਰ ਹੋ ਗਏ ਜੀ, ਸਾਰੇ ਹਸਪਤਾਲ ਇਲਾਜ ਨੇ। ਜਿਹੜੇ ਫੱਟੜ ਵਿਅਕਤੀ ਉਹ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਹੈ ਕਿ ਉਹ ਇੱਥੇ ਹੀ? ਉਹ ਉੱਥੇ ਹੁਣ ਰੈਸਟ ਕਰਤੇ ਹੈ, ਪਹਿਲਾਂ ਕਪੂਰਥਲਾ ਹੀ ਇੱਥੇ। ਹਾਂਜੀ, ਹਾਂਜੀ ਹਾਂਜੀ, ਵੱਖੋ ਵੱਖਰੀ ਹਸਪਤਾਲ। ਇੱਕ ਗੁੱਡੀ ਸਾਡੀ ਅੰਮ੍ਰਿਤਸਰ ਆ। ਹਾਂਜੀ ਸਰ, ਕੀ ਤੁਹਾਡਾ ਨਾਂ ਔਰ ਕਿਹੜਾ ਪਿੰਡ ਹੈ? ਮੇਰਾ ਨਾਮ ਮਨੋਹਰ ਸਿੰਘ ਜੀ, ਪਿੰਡ ਨਾਰਲੀ ਤੋਂ। ਜਿਹੜੇ ਸੜਕ ਦੁਰਘਟਨਾ ਵਿੱਚ ਕੁਛ ਵਿਅਕਤੀ ਦੀ ਮੌਤ ਹੋਈ ਆ, ਤੁਹਾਡੇ ਕੀ ਲੱਗਦੇ ਸੀ? ਮੇਰੇ ਮਾਤਾ ਜੀ। ਕੀ ਨਾਮ ਸੀ ਉਹਨਾਂ ਦਾ? ਚਰਨ ਕੌਰ। ਕਿੰਨੀ ਕੁ ਉਮਰ ਸੀਗੀ? 65 ਸਾਲ ਦੀ। ਕਿੱਥੋਂ ਆ ਰਿਹਾ ਸੀ ਪਰਿਵਾਰ ਤੁਹਾਡਾ? ਇਹ ਅਨੰਦਪੁਰ ਸਾਹਿਬ ਤੋਂ ਯਾਤਰਾ ਕਰਕੇ ਆ ਰਹੇ। ਤੇ ਹਾਦਸਾ ਕਿਵੇਂ ਵਾਪਰਿਆ ਪਤਾ? ਹਾਦਸਾ ਗੱਡੀਆਂ ਟਕਰਾਈਆਂ ਮੌਸਮ ਨੇ, ਤੇ ਉਸ ਦੁਰਘਟਨਾ 'ਚ ਇਹਨਾਂ ਦੀ ਮੌਤ ਹੋ ਗਈ। ਚਾਰ ਵਿਅਕਤੀਆਂ ਦੀ ਮੌਤ ਹੋਈ ਆ, ਤਿੰਨ ਜਿਹੜੇ ਵਿਅਕਤੀ ਦੇਖੇ ਤੁਹਾਡੇ ਪਰਿਵਾਰ ਦੇ, ਤੁਹਾਡੇ ਪਿੰਡ ਦੇ? ਹਾਂਜੀ, ਸਾਡੇ ਨਾਰਲੀ ਪਿੰਡ ਦੇ। ਨਾਰਲੀ ਪਿੰਡ? ਹਾਂਜੀ। ਜਿਹੜੇ ਫੱਟੜ ਆ ਲੋਕ ਆ ਜਿਹੜੇ, ਉਹ ਵੀ ਤੁਹਾਡੇ ਪਿੰਡ ਦੇ ਆ? ਉਹ ਵੀ ਸਾਡੇ ਪਿੰਡ ਦੇ ਆ ਜੀ। ਹਾਂਜੀ, ਉਹਨਾਂ ਦੀ ਕੀ ਹਾਲ ਕੰਡੀਸ਼ਨ ਹੈ? ਉਹਨਾਂ ਦੀ ਬਹੁਤ ਮਾੜੀ ਕੰਡੀਸ਼ਨ ਹੈ ਜੀ, ਬਹੁਤ ਸੀਰੀਅਸ। ਸਰਕਾਰ ਵੱਲੋਂ ਕੋਈ ਇਲਾਜ ਦਾ ਭਰੋਸਾ ਦਵਾਇਆ ਗਿਆ ਕੋਈ ਉਹਨਾਂ ਦਾ? ਨਹੀਂ, ਸਰਕਾਰ ਵੱਲੋਂ ਸਾਨੂੰ ਮੰਗ ਹੈ ਵੀ ਉਹਨਾਂ ਦਾ ਇਲਾਜ ਹੋ ਜੇ, ਤੇ ਬਹੁਤ ਧੰਨਵਾਦ। ਤੁਹਾਡਾ? ਮੈਂ ਇਸੇ ਮੇਜਰ ਸਿੰਘ ਸਾਲਾ ਪਤੂੜੀ ਦਾ ਸੁਣਾ ਦਾ।
ਕੱਲ ਸਰ ਦੁਰਘਟਨਾ ਵਿੱਚ ਕੁਛ ਵਿਅਕਤੀਆਂ ਦੀ ਮੌਤ ਹੋ ਗਈ ਸੀ ਸਰ, ਉਹ ਭਾਣਾ ਕਿਵੇਂ ਵਾਪਰਿਆ? ਉਹ ਇੱਕ ਬਲੈਰੋ ਕੈਂਪਰ ਜਿਹੜਾ ਸੀ ਉਹ ਉੱਥੋਂ ਆਨੰਦਪੁਰ ਸਾਹਿਬ ਤੋਂ ਯਾਤਰਾ ਤੋਂ ਸੰਗਤ ਲੈ ਕੇ ਆ ਰਿਹਾ ਸੀ, ਅਤੇ ਇੱਕ ਗੱਡੀ ਸੁਲਤਾਨਪੁਰ ਸਾਹਿਬ ਤੋਂ ਆ ਰਹੀ ਸੀ, ਅਤੇ ਦੋਨਾਂ ਦੀ ਅਚਾਨਕ ਆਪਸ ਟੱਕਰ ਹੋ ਗਈ, ਜਿਹਦੇ ਨਾਲ ਇਹਨਾਂ ਦੇ ਜਿਹੜੀਆਂ ਯਾਤਰਾ ਵਾਲੇ ਸਵਾਰੀਆਂ ਦੀਆਂ ਸੱਟਾਂ ਲੱਗੀਆਂ, ਅਤੇ ਜਿਹੜਾ ਕਾਰ ਡਰਾਈਵਰ ਸੀ ਉਹਦੀ ਮੌਤ ਹੋ ਗਈ, ਅਤੇ ਜਿਹੜੇ ਯਾਤਰਾ ਵਾਲੇ ਸੀ ਉਹਨਾਂ ਦੇ ਚਾਰ ਤਿੰਨ ਲੇਡੀਜ਼ ਦੀ ਮੌਤ ਹੋ ਗਈ, ਅਤੇ ਟੋਟਲ ਚਾਰ। ਜਿਹੜੇ ਕਾਰ ਚਾਲਕ ਸੀਗਾ ਉਹ ਕਿੱਥੇ ਦੇ ਰਹਿਣ ਵਾਲੇ ਸੀਗੇ? ਸੁਲਤਾਨਪੁਰ ਦਾ ਜੀ। ਬਾਕੀ ਪਰਿਵਾਰ ਕਿੱਥੋਂ ਦੇ ਸੀਗੇ? ਬਾਕੀ ਵਲਟੋਆ ਏਰੀਆ ਉਧਰ ਤਰਨ ਤਾਰਨ ਦੇ ਜੀ। ਸੰਗਤ ਉੱਥੋਂ ਦੀ। ਫੱਟੜ ਕਿੰਨੇ ਵਿਅਕਤੀ ਹੋਏ? ਫੱਟੜ ਕੋਈ ਕਰੀਬ 15-16 ਦੱਸ ਜਾਂਦੇ ਆ। ਠੀਕ ਹੈ। ਹਾਦਸੇ ਦੇ ਕਾਰਨ ਕੋਈ ਸਾਹਮਣੇ ਆਏ ਜਾਂਚ ਦੌਰਾਨ? ਹਾਦਸੇ ਦੇ ਕਾਰਨ ਕੋਈ ਨਹੀਂ ਸਾਹਮਣੇ ਆਏ, ਅਚਾਨਕ ਕੁਦਰਤੀ ਹੋ ਗਿਆ ਇਹਨਾਂ ਦਾ। ਕੀ ਕਾਰਵਾਈ ਕੀਤੀ ਜਾ ਰਹੀ ਸਰ? ਇਹਨਾਂ ਦੀ 174 ਦੀ ਕਾਰਵਾਈ ਜਿਹੜਾ ਦੀ ਗਈ ਹੈ PRDC ਦੀ। ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ? ਹਾਂ, ਸੌਂਪ ਦਿੱਤੀਆਂ ਗਈਆਂ। ਠੀਕ ਹੈ ਜੀ।